ਹੈਲੋ ਹਾਂਜੀ ਸਸੀ ਗੱਲ ਸਾਰਿਆਂ ਨੂੰ ਕੀ ਹਾਲ ਹੈ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਵੈਲਕਮ ਟੂ ਮੀ YouTube ਚੈਨਲ ਤੇ ਚਲੋ ਅੱਜ ਆਪਾਂ ਕੰਨ ਲੱਗੇ ਕੁイズ ਨੰਬਰ 179 179 ਕੰਨ ਲੱਗੇ ਚੈਪਟਰ ਆਪਣਾ ਹੈ ਸਿਨਾਲੇ ਦੀ ਦਿਵਤੂ ਠੀਕ ਹੈ ਮਨਾਹੀ ਸਿਨਾਲੇ ਦੀ ਮਨਾਹੀ ਲੱਗੀ ਹੋਈ ਆ ਮਨਾਹੀ ਦਾ ਇਹੀ ਹੈਗਾ ਚੈਪਟਰ ਤੇ ਹੁਣ ਤੁਸੀਂ ਦੇਖੋ ਫੋਟੋ ਉੱਪਰ ਤੁਹਾਨੂੰ ਗੋਲਾ ਜਿਹਾ ਦਿਖ ਰਿਹਾ ਇਹ ਦਾ ਆਪਾਂ ਹੁਣ ਪੜਦੇ ਆਂ ਾਰੇ ਇਹਦਾ ਮਤਲਬ ਕੀ ਆ ਦੀਵਿਅਤ ਤੋਂ ਦੀ ਸੋਸਤਾ ਮਨਾਹੀ ਲੱਗੀ ਆ ਸੋਸਤਾ ਕਰਨ ਦੀ ਪਰ نیچے ਉਹਨਾ ਨੇ ਲਿਖਤ ਹੋਇਆ ਇੱਕ ਪੀ ਤੇ ਦੂਜੀ ਫੋਟੋ ਲਾਤੀ ਆ ਇਹਨ ਵਾਲੀ ਦੇ ਪਰ ਸੋਨੇ ਜਿਹੜੇ ਅਪਾਹੀ ਸਲੋਗ ਹੁੰਦੇ ਆ ਠੀਕ ਆ ਇਦਾ ਮਤਲਬ ਇਹ ਆ ਕਿ ਸਾਰੀਆਂ ਗੱਡੀਆਂ ਨੂੰ ਇੱਥੇ ਮਨਾਹੀ ਆ ਸੋਸਤਾ ਗਾਂਦੀ ਕੋਈ ਵੀ ਇੱਥੇ ਗੱਡੀ ਖੜੀ ਨਹੀਂ ਕਰ ਸਕਦਾ ਸਿਰਫ ਤੇ ਸਿਰਫ ਇਹ ਪਾਰਕਿੰਗ ਬਣੀ ਆ ਇਹਨਾਂ ਵਾਲੀ ਦੇ ਜਿਹੜੇ ਅਪਹਾਈਜ਼ ਲੋਕ ਆ ਉਹਨਾਂ ਦੀ ਹੀ ਪਾਰਕਿੰਗ ਹੈ ਇੱਥੇ ਇਹੀ ਲੋਕ ਪਾਰਕਿੰਗ ਲਾ ਸਕਦੇ ਆ ਬਾਕੀ ਸਾਰਿਆਂ ਦੀ ਮਨਾਹੀ ਲੱਗੀ ਹੋਈ ਆ ਠੀਕ ਹੈ ਬਾਕੀ ਆਪਾਂ ਦਮਾਂ ਦੇ ਪੜ ਲੰਨੇ ਆ ਇਸ ਨਾਲ ਹੀ ਰਫੀ ਗਤੋ ਕਨਸੈਂਤੀ ਸੋਸਤਾਈ ਵੀ ਕਲੀ ਸਰਵਿਸਿਓ ਦੀ ਪਰਸੋਨੇ ਇਨਵਾਲਿਦੇ ਮੋਨਿਤੇਦਲ ਅਪੋਜ਼ੀਤੋ ਕੋਂਟ੍ਰਾਸੇਨਿਓ ਦਿਖਾਇਆ ਗਿਆ ਸੀ ਨਾਲੇ ਕੰਸੈਂਟ ਇਜਾਜ਼ਤ ਹੈ ਸੋਸਤਾ ਕਰਨ ਦੀ ਗੱਡੀਆਂ ਨੂੰ ਸਰਵਿਸਿਓ ਜਿਹੜੇ ਸਰਵਿਸਿਓ ਦੇ ਪਰਸੋਨੀ ਹੁੰਦੀ ਹੈ ਇਨ ਵਾਲੀ ਤੇ ਜਿਹੜੇ ਅਪਾਹिज ਲੋਕ ਹੁੰਦੇ ਆ ਉਹਨਾਂ ਨੂੰ ਇਜਾਜ਼ਤ ਦਿੱਤੇ ਸੋਸਤਾ ਕਰਨ ਦੀ ਇੱਥੋਂ ਹੀ ਵੇਰ ਹੋ ਗਿਆ ਹੈ ਨਾ ਮਨੀਤੋਦਲ ਪੋਸਤੋ ਕੰਟਰਸੀਨਿਓ ਕਹਿੰਦੇ ਕਿ ਉੱਥੇ ਹੋਣਾ ਚਾਹੀਦਾ ਪੋਸਤੋ ਸਪੈਸ਼ਲ ਇੱਕ ਕਿਸਮ ਦਾ ਇੱਥੇ ਸਾਈਨ ਹੋਣਾ ਚਾਹੀਦਾ ਹੁਣ ਅ ਸਪੈਸ਼ਲ ਇੱਕ ਸਾਈਨ ਲਿਖਿਆ ਹੈ ਨਾ ਪੀ ਲਿਖਿਆ ਹੋ ਤੇ ਨਾਲ ਫੋਟੋ ਬਣੀ ਹੋਈ ਆ ਕਹਿੰਦੇ ਇਦਾਂ ਦਾ ਸਾਈਨ ਹੋਵੇ ਤਾਂ ਇਜਾਜ਼ਤ ਹੈ ਲਾਉਣ ਦੀ ਪਾਰਕਿੰਗ ਵੇਰੋ ਦੂਸਰਾ ਇਸ ਸਿਨਾਰੇ ਦਾ ਫਿਕਰ ਤੁਸੀਂ ਨਾਲ ਦੀ ਪ੍ਰੈਸਕ੍ਰਿਪਸ਼ਨ ਵੀਰੋ ਇਹ ਸਿਨਾਲੇ ਪਾਬੰਦੀ ਦਾ ਸਿਨਾਲੇ ਹੁੰਦਾ ਹੈ ਵੀਰੋ ਕਿਉਂਕਿ ਜਿਹੜਾ ਦੀ ਵੀਤੋਂ ਪੂਰੇ ਚੈਪਟਰ ਵਿੱਚ ਪਾਬੰਦੀ ਦਾ ਹੀ ਸਿਨਾਲੀਆਂ ਠੀਕ ਹੈ ਵੀਰੋ ਤੀਸਰਾ ਇਸ ਸਿਨਾਰੇ ਦਾ ਫਿਕਰ ਤੋਂ ਰਿਪਰਜ਼ੈਂਟ ਦ ਸਪੈਸੀਫਿਕ ਸੈਕਸ਼ਨ ਯਾ ਲੈ ਦੀ ਵੀਤੋਂ ਦੀ ਸੁਸਤਾ ਦਿਖਾਇਆ ਗਿਆ ਸਿਨਾਲੇ ਰਿਪਰਜ਼ੈਂਟ ਕਰਦਾ ਸਪੈਸੀਫਿਕ ਸਪੈਸ਼ਲੀ ਚੈਸੀਓਨੇ ਕੱਢ ਕੇ ਸਪੈਸ਼ਲੀ ਕਹਿੰਦੀ ਇਹਨਾਂ ਨੂੰ ਕੱਢ ਕੇ ਮਨਾਹੀ ਹ ਅ ਸੁਸਤਾ ਕਰਨ ਦੀ ਕਿਹਨੂੰ ਕੱਢ ਕੇ ਇਨ ਵਾਲੀ ਦੇ ਹੇਠੇ ਫੋਟੋ ਕਿਦੀ ਬਣੀ ਆ ਇਨ ਵਾਲੀ ਦੇ ਉੱਪਰ ਸੋਨੇ ਇਹਨਾਂ ਨੂੰ ਕੱਢ ਕੇ 88 ਉਹ ਨਹੀਂ ਹੁੰਦਾ ਕੱਢ ਕੇ ਇਹਨਾਂ ਨੂੰ ਕੱਢ ਕੇ ਦੀਵਿਏ ਤੋਂ ਦੀਆਂ ਬਾਕੀਆਂ ਨੂੰ ਜਿੱਦਾਂ ਕਹਿ ਲਓ ਦੀਵੇ ਤੋਂ ਲੱਗੀ ਸੋਸਤੇ ਦੀ ਵੀਰੋ ਮੈਨਾਂ ਹੀ ਲੱਗੀ ਹੋਈ ਆ ਜੋ ਤਾਂ ਇਸ ਸਿਨੈਰੀਓ ਦੇ ਵਿੱਚ ਤਾਂ ਨਾਨ ਕੰਸੈਂਟਸ ਸੋਸਤਾ ਵੀ ਕੁਲੀ ਦੀ ਸਰਵਿਸ ਇੰਦਾ ਕੁਲੀ ਸਰਵਿਸ ਜਿਹਦੀ ਪਰਸੋਨਲ ਵਾਲੀ ਦੇ ਦਿਖਾਗੇ ਇਸ ਨਾਲੇ ਨਾਨ ਕੰਸੈਂਟੇ ਨਹੀਂ ਜਾਦਾ ਤੇ ਸੋਸਤਾ ਗਾਂਦੀ ਗੱਡੀ ਨੂੰ ਦੀਵਰਸੀ ਹੁੰਦਾ ਅਲੱਗ ਜਿਹੜੀਆਂ ਅਲੱਗ ਹੋਣ ਸਰਵਿਸਿਓ ਦੀ ਪਰਸੋਨਲ ਵਾਲੀ ਦੇ ਜਿਹੜੇ ਪਾਈਜ਼ ਲੋਗਿਆ ਉਹਨਾਂ ਤੋਂ ਕਹਿੰਦੇ ਅਲੱਗ ਹੋਣ ਗੱਡੀਆਂ ਜਿਹੜੀਆਂ ਉਹਨਾਂ ਨੂੰ ਨਹੀਂ ਜਾਦਾ ਸੋਸਤਾ ਗਾਂਦੀ ਵੀਰੋ ਜਿਵਾ ਇਸ ਸਿਨੈਰੀਓ ਲੇ ਰਫਿਕ ਦੋ ਕਨਸੈਂਟੇ ਸੋਸਟਾਲਿਸ ਸਕੂਲ ਬੱਸ ਦਿਖਾਇਆ ਗਿਆ ਸਿਨੈਰੀਓ ਇਜਾਜ਼ਤ ਹੈ ਸੋਸਤਾ ਕੰਦੀ ਸਕੂਲ ਬੱਸ ਨੂੰ ਫਾਲਸੋ ਸਕੂਲ ਬੱਸ ਨਹੀਂ ਲਾ ਸਕਦੀ ਕੋਈ ਵੀ ਗੱਡੀ ਤੇ ਸੋਸਤਾ ਨਹੀਂ ਲਾ ਸਕਦੀ ਸਿਰਫ ਉਹੀ ਅਪਾਹੀ ਜਿਹੜੇ ਲੋਗ ਉਹ ਹਿਲਾ ਸਕਦੇ ਆ ਸ਼ੀਮਾ ਇਸ ਸਿਨੈਰੀਓ ਲੇ ਰਫਿਕ ਦੋ ਇੰਡੀਕਾ ਕੁਰਸੀ ਰਿਜ਼ਰਵਡ ਹੈ ਵੀਕਲੀ ਸਰਵਿਸ ਦੀ ਪਰਸੋਨਲ ਵਾਲੀ ਦੇ ਦਿਖਾਇਆ ਗਿਆ ਸਿਨੈਰੀਓ ਇੰਡੀਕੇਟ ਕਰਦਾ ਕੁਰਸੀ ਆ ਕਹਿੰਦੀ ਕੁਰਸੀਆ ਰਿਜ਼ਰਵ ਆ ਕਹਿੰਦੀ ਕੁਰਸੀਆ ਆ ਰਿਜ਼ਰਵ ਜਿਹੜੇ ਸਰਵਿਸ ਉਹਦੀ ਪਰਸੋਨਲ ਵਾਲੇ ਦੇ ਜਿਹੜੇ ਆਪਾਂ ਅਪਾਹਿੱਤ ਲੋਕ ਹੁੰਦੇ ਆ ਉਹਨਾਂ ਲਈ ਕਹਿੰਦੇ ਕੋਰਸੀਆ ਰਿਜ਼ਰਵ ਇੰਡੀਕੇਟ ਕਰਤਾ ਸੀ ਨਾਲੇ ਫਾਲਸੋ ਕੋਰਸੀਆ ਰਿਜ਼ਰਵ ਨਹੀਂ ਹੈਗਾ ਇਹ ਤੁਹਾਨੂੰ ਪਤਾ ਹੀ ਸੋਚਦਾ ਗੱਡੀਆਂ ਕਿੱਥੇ ਖੜੀਆਂ ਹੋਣੀਆਂ ਸੜਕ ਦੇ ਸਾਈਡ ਤੇ ਜਗ੍ਹਾ ਬਣੀ ਹੁੰਦੀ ਆ ਹਨਾ ਸਤੋਂ ਇਲਸੇ ਨਾਲ ਰਫਿਕ ਦਾ ਤੋ ਦਿਵਿਅਤੂ ਦੀ ਸੋਸਤਾ ਵੀਕਲੀ ਸਰਵਿਸ ਦੇਣ ਵਾਲੀ ਦੇਂਦੀ ਕਾਪੀ ਵੀ ਜਿੰਨੋਂ ਪਰਕੇਜ ਦਿਖਾਗਾ ਇਲਸੇ ਦੀ ਵੀਅਤੂ ਮਨਾਹੀ ਹੈ ਸੋਸਤਾ ਕਰਨ ਦੀ ਵੀਕੋਲੀ ਗੱਡੀਆਂ ਨੂੰ ਜਿਹੜੀਆਂ ਇਨਵਾਲੀ ਦੇ ਜਿਹੜੀਆਂ ਪਾਈਸ ਲੋਕਾਂ ਦੀਆਂ ਗੱਡੀਆਂ ਆ ਉਹਨਾਂ ਨੂੰ ਕਹਿੰਦੇ ਮਨਾਹੀ ਹੈ ਸੋਸਤਾ ਕਰਨ ਦੀ ਇੱਥੇ ਫਾਲਸ ਹੋ ਗਿਆ ਐਂਡ ਇਹ ਇੰਡੀਕੇਟ ਇੰਡੀਕੇਟ ਕਰਦਾ ਪਿਓ ਵੀ ਜੇ ਨਾ ਤੁਸੀਂ ਬਹੁਤ ਨੇੜੇ ਆ ਪਰ ਕੇਜੋ ਤੇ ਫਾਲਸੋ ਮਨਾਹੀ ਨੀ ਕਰਦੇ ਤੇ ਇਜਾਜ਼ਤ ਹੈ ਇਨ ਵਾਲਿਦੇ ਨੂੰ ਸੋਸਤਾ ਕੰਦੀ ਹਟਵਾ ਹਿਲਸੀ ਨਾਲ ਇਹ ਫਿਕਰ ਹਤ ਤੋ ਪ੍ਰਵੀਜ਼ੋਨਾ ਜਨਾਵੇਤਾ ਤੋ ਟ੍ਰਾਫਿਕ ਰੈਗਲਰ ਪਰ ਗਿਆ ਦੇ ਰੇ ਸਾਤੇ ਪਰਸੋਨ ਇਨ ਵਾਲਿਦੇ ਦਿਖਾਇਆ ਗਿਆ ਸਿਨਾਲੇ ਸੂਚਨਾ ਦੇ ਰਿਹਾ ਜ਼ੋਨਾ ਆ ਅ ਕੰਨੇਕ ਜ਼ੋਨ ਆਇਆ ਕਹਿੰਦੇ ਕਿ ਏਰੀਆ ਆ ਜਿੱਥੇ ਮਨਾਹੀ ਆ ਟ੍ਰੈਫਿਕ ਨੂੰ ਮਤਲਬ ਮਨਾਹੀ ਲੱਗੀ ਹੋਈ ਆ ਜਿਹੜੀ ਟ੍ਰੈਫਿਕ ਗੱਡੀਆਂ ਆਉਂਦੀਆਂ ਜਾਂਦੀਆਂ ਨਾ ਕਹਿੰਦੇ ਉਹਨਾਂ ਨੂੰ ਮਨਾਹੀ ਲੱਗੀ ਹੈ ਰੈਗੂਲਰ ਹੀ ਪਰਕੇ ਕਿਉਂਕਿ ਉੱਥੇ ਅਤਰੇਜ਼ਾ ਤਾਂ ਪਰਸੋ ਨੇ ਵਾਲੀ ਦੀ ਕਿਉਂਕਿ ਉੱਥੇ ਜਿਹੜੇ ਪਾਹੀਜ਼ ਲੋਗ ਆ ਉਹਨਾਂ ਦੀ ਕਹਿੰਦੇ ਉਹ ਜਗ੍ਹਾ ਬਣੀ ਹੈ ਤੇ ਟ੍ਰੈਫਿਕ ਨੂੰ ਆਉਣੇ ਜਾਣ ਦੀ ਮਨਾਹੀ ਲੱਗੀ ਹੋਈ ਹੈ ਖਾਸੋ ਕਿਉਂਕਿ ਜਿਹੜੇ ਸੋਚਦਾ ਹੁੰਦਾ ਆਪਾਂ ਸੜਕ ਦੇ ਸਾਈਡ ਤੇ ਲਗਾਉਨੇ ਆ ਆਪਣੀ ਆਵਾਜ਼ੇ ਤਾਂ ਹੁੰਦੀ ਹੁੰਦੀ ਰਹਿੰਦੀ ਆ ਟ੍ਰੈਫਿਕ ਨੂੰ ਕੋਈ ਮਨਾਹੀ ਨਹੀਂ ਹੈਗੀ ਗੱਡੀਆਂ ਸਾਰੀਆਂ ਉੱਥੋਂ ਲੰਘ ਸਕਦੀਆਂ ਬਸ ਸਾਈਡ ਤੇ ਜਿੱਥੇ ਆਪਾਂ ਗੱਡੀ ਖੜੀ ਕਰਨੀ ਉੱਥੇ ਸਿਰਫ ਇਨਵੈਲੀ ਦੇ ਪਰਸਨ ਹੀ ਗੱਡੀ ਖੜੀ ਕਰ ਸਕਦੇ ਠੀਕ ਆ ਬਾਕੀ ਮਨਾਹੀ ਲੱਗਿਆ ਨਵਾਂ ਇਹ ਸਿਨਾਰੀ ਰਿਫਿਗਰ ਤੋਂ ਨੀਲੇ ਸਤਰਾ ਦੇ ਉਹ ਵੇ ਪੋਸਟ ਦੇ ਕੰਸੈਂਟ ਤੇ ਟ੍ਰਾਂਜ਼ਿਟ ਉਸੋਲੀ ਵੀਕਲੀ ਸਰਵਿਸ ਦੇ ਪਰਸੋਨ ਨੇ ਵਾਲੀ ਦੇ ਦਿਖਾਇਆ ਗਿਆ ਸਿਨਾਰੀ ਸਤਰਾ ਦਾ ਸੜਕ ਦੇ ਉਹ ਵੇ ਪੋਸਟ ਉੱਤੇ ਲੱਗਾ ਹੁੰਦਾ ਜਿੱਥੇ ਲੱਗਾ ਹੁੰਦਾ ਮਤਲਬ ਪੋਸਟ ਤੋਂ ਕੰਸੈਂਟ ਇਜਾਜ਼ਤ ਹੈ ਟ੍ਰਾਂਜ਼ਿਟ ਗੰਦੀ ਉਸੋਲੀ ਵੀਕਲੀ ਸਿਰਫ ਉਹ ਹੀ ਗੱਡੀਆਂ ਨੂੰ ਜਿਹੜੀਆਂ ਪਰਸੋਨ ਨੇ ਵਾਲੀ ਦੇ ਜਿਹੜੇ ਪਾਈਜ਼ ਲੋਕਾਂ ਦੀਆਂ ਗੱਡੀਆਂ ਆ ਉਹਨਾਂ ਨੂੰ ਕਹਿੰਦੇ ਸਿਰਫ ਉਹਨਾਂ ਨੂੰ ਹੀ ਇਜਾਜ਼ਤ ਹੈ ਉਹਨਾਂ ਨੂੰ ਹੀ ਇਜਾਜ਼ਤ ਹੈ ਟ੍ਰਾਂਜ਼ਿਟ ਕਰਨ ਦੀ ਫਾਲਸੋ ਇਹ ਭਰੇ ਦੇ ਪਾਹੀਜ਼ ਲੋਕਿਆ ਉਹਨਾਂ ਦੀ ਤ੍ਰਾਂਸਿਟੋ ਦੀ ਗੱਲ ਨਹੀਂ ਹੋ ਰਹੀ ਪਰ ਕੇਜੋ ਦੀ ਗੱਲ ਹੋ ਰਹੀ ਹੈ ਠੀਕ ਹੈ 10ਵਾਂ ইলਸੀਨਾਲੀ ਰਫਿਗਰਾ ਤੋ ਕੋਂਸੈਂਤੇ ਸੋਸਤਾ ਚਿਕਲੋਮੋਟੋਰੀ ਯਈ ਮੋਟੋ ਚਿਕਲੀ ਦਿਖਾਇਆ ਗਿਆ ਸਿਨਾਲੀ ਇਜਾਜ਼ਤ ਹੈ ਸੋਸਤਾ ਕਰਨ ਦੀ ਚਿਕਲੋਮੋਟੋਰੀ ਤੇ ਮੋਟੋ ਚਿਕਲੀ ਨੂੰ ਫਾਲਸੋ 11ਵਾਂ ইলਸੀਨਾਲੀ ਰਫਿਗਰਾ ਤੋ ਕੋਂਸੈਂਤੇ ਸੋਸਤਾ ਐਸਪੋਨੈਂਡੋ ਟਾਲਿਆਂਡੋ ਇਮੇਸੋ ਦੇਲੋਂ ਪਾਰਕ ਮੈਟਰੋ ਦਿਖਾਇਆ ਗਿਆ ਸਿਨਾਲੀ ਕੋਂਸੈਂਤੇ ਇਜਾਜ਼ਤ ਹੈ ਸੋਸਤਾ ਕਰਨ ਦੀ ਐਸਪੋਨੈਂਡੋ ਕਹਿੰਦੇ ਥੀ ਇਜਾਜ਼ਤ ਹੈ ਆਪਾਂ ਸੋਚਤਾ ਕਰ ਸਕਦੇ ਹਾਂ ਤਲੀੰਦੋ ਮਤਲਬ ਪਾਰ ਕੀ ਜਿਹੜੇ ਮੀਟਰ ਬਣੀ ਹੁੰਦੀ ਹੈ ਜਿੱਚੋਂ ਪਰਚੀ ਕੱਢ ਲਾਣੇ ਹਨਾ ਉਹ ਕੱਢ ਕੇ ਕਹਿੰਦੇ ਇੱਥੇ ਮਤਲਬ ਆਪਾਂ ਨੂੰ ਇਜਾਜ਼ਤ ਹੈ ਸੋਚਤਾ ਲਾ ਸਕਦੇ ਹਾਂ ਸੋ ਇਹ ਉਹ ਵਾਲੀ ਜਗ੍ਹਾ ਨਹੀਂ ਬਣੀ ਹੋਈ ਠੀਕ ਹੈ ਤੇ ਇਹ ਵੀ ਹੋ ਗਿਆ ਨੈਕਸਟ ਆ ਜਿਹੜਾ ਹੁਣ ਤੁਹਾਨੂੰ ਮੈਂ ਪੜਾਉਣ ਲੱਗੀ ਨੂੰ ਧਿਆਨ ਨਾਲ ਦੇਖਿਓ ਇਹ ਜਿੱਚ ਦਿਮਾਗ ਪਾਜ਼ਲ ਹੋ ਸਕਦਾ ਬਟ ਤੁਸੀਂ ਫੋਟੋ ਪਹਿਲਾਂ ਸਮਝ ਲਓ ਫੇ ਤੁਹਾਨੂੰ ਸੌਖ ਹੋ ਜਾਣੀ ਆ ਉੱਪਰ ਹੈਗਾ ਆ ਦੀ ਵੀ ਟੂ ਦੀ ਸੋਸਤਾ ਮਨਾਹੀ ਲੱਗੀ ਹੋਈ ਆ ਸੋਸਤਾ ਕਾਂ ਦੀ ਅੱਪਾ ਸੋਸਤਾ ਆਪਾਂ ਗੱਡੀ ਖੜੀ ਨਹੀਂ ਕਰ ਸਕਦੇ ਕਦੋਂ ਨਹੀਂ ਖੜੀ ਕਰ ਸਕਦੇ ਟਾਈਮ ਦਿੱਤਾ 7 ਤੋਂ 9 17 ਤੋਂ 20 ਹੈ ਨਾ ਟਾਈਮ ਦਿੱਤਾ ਹੋਇਆ ਇੰਨੇ ਟਾਈਮ 'ਚ ਆਪਾਂ ਗੱਡੀ ਖੜੀ ਨਹੀਂ ਕਰ ਸਕਦੇ ਠੀਕ ਆ نیچے ਪੀ ਲਿਖਿਆ ਹੋਇਆ ਪਰਕੇ ਜੋ ਮੀਸ ਪਰਕੇ ਜੋ ਪੀ ਮੀਸ ਪਰਕੇ ਜੋ ਦੇ ਨਾਲ ਟਾਈਮ ਲਿਖਿਆ ਹੋਇਆ ਜਿਨ ਇੰਨੇ ਟਾਈਮ ਤੇ ਆਪਾਂ ਪਰਕੀਜੋ ਲਾ ਸਕਦੇ ਆ ਠੀਕ ਆ 9 ਤੋਂ 17 ਤੇ 20 ਤੋਂ 7 ਠੀਕ ਆ ਉੱਪਰ ਜਿਹੜਾ ਟਾਈਮ ਆ ਉਹ ਸਾਨੂੰ ਇਹ ਕਹਿੰਦਾ ਆ ਮਨਾਹੀ ਲੱਗੀ ਹੋਈ ਆ ਗੱਡੀ ਖੜੀ ਕਰਨ ਦੀ ਠੀਕ ਆ ਪੀ ਸਾਨੂੰ ਕੀ ਕਹਿ ਰਿਹਾ ਇੰਨੇ ਟਾਈਮ ਤੇ ਤੁਸੀਂ ਗੱਡੀ ਖੜੀ ਕਰ ਸਕਦੇ ਆ ਪਰਕੀਜੋ ਲਾ ਸਕਦੇ ਆ ਠੀਕ ਆ ਤੇ ਦੂਜੀ ਗੱਲ ਪਹਿਲੇ ਵਿੱਚ ਇਹ ਯਾਦ ਰੱਖਣਾ ਆ ਮਨਾਹੀ ਸੋਸਤੇ ਦੀ ਲੱਗੀ ਹੋਈ ਆ ਨਾ ਕਿ ਫਰਮਾਤੇ ਦੀ ਜਿੱਥੇ ਮਨਾਹੀ ਸੋਸਤੇ ਦੀ ਹੁੰਦੀ ਆ ਉੱਥੇ ਫਰਮਾਤ ਆਪਾਂ ਕਰ ਸਕਦੇ ਆ ਠੀਕ ਆ ਦਮਾਂ ਦੀ ਪੜਦੇ ਆ ਦਮਾਂ ਦਾ ਆਨਸਰ ਹੁਣ ਤੁਸੀਂ ਫੋਟੋ ਦੇਖ ਕੇ ਫੀ ਦੇਣਾ ਠੀਕ ਹੈ ਫੋਟੋ ਮੈਂ ਦੀ ਵੱਡੀ ਰੱਖੂੰਗੀ ਪਹਿਲਾ ਦਮਾਂ ਦਾ ਇਲਸੀ ਨਾਲੇ ਰਫੀ ਕਰਤਾ ਰਿਪਰੈਜ਼ੈਂਟ ਤਾਂ ਰੈਗੂਲੇਸ਼ਨ ਰੈਗੂਲੇਸ਼ਨ ਹੀ ਦਲੇ ਸੋਚਦਾ ਸਿਨਾਲੇ ਦਿਖਾਇਆ ਗਿਆ ਸਿਨਾਲੇ ਰਿਪਰੈਜ਼ੈਂਟ ਉਹਨਾ ਕਹਿੰਦੇ ਕਿ ਰੈਗੂਲੇਸ਼ਨਿਕ ਰੈਗੂਲੇਟ ਕੀਤਾ ਗਿਆ ਹੈ ਜਿੱਦ ਤੱਕ ਇਹ ਲੋ ਇੱਕ ਜਿੱਦ ਤੱਕ ਇਹ ਲੋ ਟਾਈਮ ਟੇਬਲ ਨਹੀਂ ਆਪਾਂ ਬਣ ਲੈਂਦੇ ਹੈ ਨਾ ਕਹਿੰਦੇ ਸੋਸਤੇ ਦਾ ਇੱਕ ਇਦਾਂ ਇਹਨੂੰ ਰੈਗੂਲੇਸ਼ਨ ਕੀਤਾ ਗਿਆ ਹੈ ਫਿਰ ਉਹ ਦੂਸਰਾ ਇਸ ਨਾਲ ਹੀ ਦਾ ਫਿਗੂਰਾ ਤੋਂ ਕਨਸੈਂਟੇ ਸੋਸਤਾ ਦਾਲਿਓਰੇ ਨੋਵੀਅਲੇ 17 ਕਹਿੰਦੇ ਕੀ ਇਜਾਜ਼ਤ ਹੈ ਸੋਸਤਾ ਕਰਨ ਦੀ ਔਰੇ ਟਾਈਮ 9 ਤੋਂ 17 ਇਜਾਜ਼ਤ ਹੈ ਆਪਾਂ ਕਹਿੰਦੇ ਸੋਸਤਾ ਆਪਾਂ ਗੱਡੀ ਖੜੀ ਕਰ ਸਕਦੇ ਮਤਲਬ ਪਰਕੇਜੋ ਲਾ ਸਕਦੇ 9 ਤੋਂ 17 ਹੁਣ ਦੇਖੋ ਪਰਕੇਜੋ ਜ 9 ਤੋਂ 9 ਤੋਂ 17 ਆ ਰਿਹਾ ਨਾ ਟਾਈਮ ਤਾਂ ਵੀ ਰੋਆ ਠੀਕ ਹੈ ਤੀਸਰਾ ਕਿ ਇਸਨਾਲੀ ਰਫਿਕ ਦਾ ਤੋ ਵਿਆਤਾ ਸੋਸਤਾ ਦਲੀਓਰੇ 17 ਔਰ 20 ਦਿਖਾਏਗਾ ਕਿ ਇਸਨਾਲੀ ਮਨਾਹੀ ਕਰਦਾ ਹੈ ਟਾਈਮ 17 ਤੋਂ 20 ਹੁਣ ਦੇਖੋ ਉੱਪਰ ਦੇਖੋ ਜਿਹੜਾ ਮਨਾਹੀ ਹੈ 17 ਤੋਂ 20 ਹੈਗਾ ਨਾ ਮੇਰੋ ਕਿਉਂਕਿ ਮਨਾਹੀ ਲੱਗੀ ਹੋਈ ਹੈ 14 ਇਸਨਾਲੀ ਰਫਿਕ ਦਾ ਤੋ ਕੰਸੈਂਤੀ ਸੋਸਤਾ ਕੋਨੀ ਔਰੇ ਇਲਾ ਵਿਆਤਾ ਇਨ ਆਲਤਰੇ ਦਿਖਾਏਗਾ ਕਿ ਇਸਨਾਲੀ ਕੰਸੈਂਤੀ ਸਜ਼ਾ ਦੇ ਸੋਸਤਾ ਕੰਦੇਲ ਕੋਨੀ ਔਰੇ ਕੁਝ ਘੰਟੇ ਤੇ ਵਿਆਤਾ ਇਨ ਆਲਤਰੇ ਤੇ ਮਨਾਹੀ ਆ ਕੁਛ ਹੋ ਟਾਈਮ ਚ ਮਤਲਬ ਕਹਿੰਦੇ ਇਜਾਜ਼ਤ ਹੈ ਸੌਸਤਾ ਲਾਉਣ ਦੀ ਕੁਛ ਘੰਟੇ ਵਿੱਚ ਆਪਾਂ ਕੁਛ ਘੰਟੇ ਦੀ ਸੌਸਤਾ ਲਾ ਸਕਦੇ ਹਾਂ ਤੇ ਮਨਾਹੀ ਆ ਕੁਛ ਘੰਟਿਆਂ ਚ ਆਪਾਂ ਨਹੀਂ ਲਾ ਸਕਦੇ ਵੀਰੋ ਕਿਉਂਕਿ ਉੱਪਰ ਜਿਹੜਾ ਟਾਈਮ ਲਿਖਿਆ ਆ ਉੱਥੇ ਮਨਾਹੀ ਆ ਨੀਚੇ ਜਿਹੜਾ ਪਰਕੇਜੋ ਦਾ ਟਾਈਮ ਉੱਥੇ ਅਸੀਂ ਲਾ ਸਕਦੇ ਸੌਸਤਾ ਠੀਕ ਹੈ ਪੰਜਵਾਂ ਇਨਸੇ ਨਾਲੇ ਰਫੀਕੋ ਤੋਂ ਕੰਸੈਂਟ ਸੌਸਤਾ ਦਲੀ ਹੋ ਰ 20 ਵਾਲੇ ਹੋਰੇ 7 ਦਿਖਾਇਆ ਗਿਆ ਸੀ ਨਾਲੇ ਕੰਸੈਂਟ ਇਜਾਜ਼ਤ ਦਾ ਸੌਸਤਾ ਲਾਉਣ ਦੀ 2 ਤੋਂ 7 ਟਾਈਮ ਦੇਖੋ ਪਰ ਕਿ ਜੋ ਵੀ ਤੁਸਾਤ ਹੈ ਗਿਆ ਮਤਲਬ ਅਸੀਂ ਸੋਚਦਾ ਲਾ ਸਕਦੇ ਹਾਂ ਵੀਰੂ ਸ਼ੇਵਾ ਇਸ ਨਾਲ ਰਿਪਿਕਦਾ ਤੋ ਵੀ ਇਹ ਤਾਂ ਸੋਸਤਾ ਦਾਲੀ ਔਰੇ ਸਿਆਤੀ ਵਾਲੀ ਔਰੇ 9 ਵੀ ਦਿਖਾਇਆ ਗਿਆ ਇਸ ਨਾਲ ਇਹ ਮਨਾਹੀ ਹੈ ਸੋਸਤੇ ਦੀ ਸਤ ਤੋਂ ਨੂੰ ਮਨਾਹੀ ਹੈ ਸੋਸਤੇ ਦੀ ਸਤ ਤੋਂ ਨੂੰ ਉੱਪਰ ਦੇਖੋ ਸਤ ਤੋਂ ਨੂੰ ਹੈਗਾ ਸੋਸਤੇ ਦੀ ਮਨਾਹੀ ਵੀ ਹੈ ਵੀਰੂ ਅੰਮ ਚਤਤਮ ਇਸ ਸੈਨਾਰੀ ਦਾ ਫਿਕਰ ਹੋਤਾ ਨੇਲੀ ਚੈਂਤਰੀ ਅਬਿਤਾਤੀ ਨੂੰ ਚੈਂਤਰੀ ਅਬਿਤਾਤੀ ਕਨਸੈਂਟੇ ਲਾਸੋਸਤਾ ਦੇ ਲਈ ਵੇੰਤੀ ਆਲੀ ਹੋਤੋ ਦਿਖਾਇਆ ਗਿਆ ਸੈਨਾਰੀ ਚੈਂਤਰੀ ਅਬਿਤਾਤੀ ਜਿਹੜੇ ਹੁੰਦੇ ਆ ਸ਼ਹਿਰਾ ਪਿੰਡਾਂ ਦੇ ਅੰਦਰ ਕਨਸੈਂਟੇ ਇਜਾਜ਼ਤ ਆ ਕਿੰਦੀ ਆਪਾਂ ਸੋਸਤਾ ਲਾ ਸਕਦੇ 20 ਤੋਂ 8 20 ਤੋਂ 8 ਕਹਿੰਦੀ ਆਪਾਂ ਸੋਸਤਾ ਕਨਸੈਂਟੇ ਇਜਾਜ਼ਤ ਆ ਆਪਾਂ ਸੋਸਤਾ ਲਾ ਸਕਦੇ ਆ ਦੇਖੋ ਹੁਣ 20 ਤੋਂ 8 ਦਾ ਟਾਈਮ ਦਿੱਤਾ ਹੀ ਨਹੀਂ ਹੋਇਆ ਪਰਕੇਜੋ ਵਾਲੇ ਚ ਦੇਖੋ 9 ਤੋਂ 17 ਤੇ 20 ਤੋਂ 7 ਆ ਹੈ ਨਾ ਕਿੰਨੇ 20 ਤੋਂ ਲੈ ਕੇ 8 ਵਜੇ ਤੱਕ ਆਪਾਂ ਸੋਸਤਾ ਲਾ ਸਕਦੇ ਹਾਂ ਪਰ 20 ਤੋਂ ਲੈ ਕੇ 7 ਵਜੇ ਤੱਕ ਆਪਾਂ ਸੋਸਤਾ ਲਾ ਸਕਦੇ ਪਰਕੇਜੋ ਠੀਕ ਆ ਖਾਲਸੂ ਮੈਂ 8ਵਾਂ ਇਸ ਸੈਨੈਰੀਆ ਫਿੱਗਦਾ ਤੋਂ ਇੰਡੀਕਨ ਜ਼ੋਨਾਂ ਦੱਸਦੀ ਨਾ ਤਾਂ ਪਰਕੇਜੋ ਕੋ ਨਹੀਂ MPA MPA ਕੋ ਦਲ discorario ਦਿਖਾ ਕੇ ਸਨਾਲ ਇੰਡੀਕੇਟ ਕਰਦਾ ਜ਼ੋਨਾ ਇੱਕ ਦਸਤੀਨਾਤਾ ਪਰਕੇਜੋ ਕਹਿੰਦੇ ਇੱਕ ਜ਼ੋਨਾ ਜਿੱਥੇ ਪਰਕੇਜੋ ਦੇ ਲੋডিস ਕੋ ਇਸਕੋ discorario ਹੀ ਹੁੰਦਾ ਮੀਟਰ ਜਿਹੜਾ ਹੁੰਦਾ ਬਣਿਆ ਜਿੱਥੇ ਪਰਕੇਜੋ ਲੱਗਦੀ ਨਾ ਕਿ ਮੀਟਰ ਵੀ ਲੱਗਾ ਹੁੰਦਾ ਪਰਚੀ ਕੱਢ ਲਈ ਜਾਂਦੀ ਨਾ ਕਹਿੰਦੇ ਉਹ ਆ ਹਸੋ ਇਹ ਨਹੀਂ ਹੈਗਾ ਇਹ ਨੋਵਾ ਇਸ ਨਾਲੇ ਰਫਿਕਾ ਤੋਂ ਵੀ ਆ ਤਾਂ ਫਿਰ ਮਤਾ ਵਿਕੋਲਿਤਰਾ ਦੇ ਸਤੇ ਏ 20 ਦਿਖਾ ਕੇ ਸਨਾਲ ਮਨਾਹੀ ਕਰਦਾ ਫਰਮਾਤੇ ਦੀ 17 ਤੋਂ ਬੀ 17 ਤੋਂ 20 ਦੇਖੋ 17 ਤੋਂ 20 ਹੈ ਕਿੰਦੇ ਮਨਾਹੀ ਹੈ ਫਰਮਾਤੇ ਦੀ ਹਾਲ ਸੋ ਕਿਉਂਕਿ ਆਪਾਂ ਫਰਮਾਤਾ ਲਾ ਸਕਦੇ ਹਾਂ ਸੋ ਉਸਤਾ ਨਹੀਂ ਲਾ ਸਕਦੇ ਫਰਮਾਤਾ ਥੋੜੇ ਟਾਈਮ ਦਾ ਲਾ ਸਕਦੇ ਠੀਕ ਹੈ ਦਸਵਾ ਇਸ ਨਾਲੇ ਰੁਕੇ ਗ੍ਰਾਤੋ ਕਨਸੰਤੇ ਪਰ ਕੇਜੋ ਦੀ ਦਲੀ ਹੋਰੀ ਸਹਤੀ ਵਾਲੇ 9 ਵੀ ਦਿਖਾਇਆ ਗਿਆ ਜਿਸ ਨਾਲ ਇਜਾਜ਼ਤ ਹੈ ਪਰ ਕੇਜੋ ਦੀ 7 ਤੋਂ 9 ਕਹਿੰਦੀ ਇਜਾਜ਼ਤ ਹੈ ਪਰ ਕੇਜੋ ਦੀ 7 ਤੋਂ 9 ਫਾਲਸੋ ਕਿਉਂਕਿ ਉੱਪਰ ਦੇਖੋ 7 ਤੋਂ 9 ਤੋਂ ਮਨਾਹੀ ਹੈ ਪਰ ਕੇਜੋ ਦੀ ਮਤਲਬ ਸੋਸਤੇ ਦੀ ਮਨਾਹੀ ਹੈ ਠੀਕ ਹੈ 11ਵਾਂ ਇਹ ਨਾਲੀ ਉਰੇ ਕੀ ਵਿਤਤਲ ਲਾਸੋਸਤ ਸੇ ਨਾਲੇ ਦਾ ਫਿਗਰਤੋ ਕੰਪੋਰਤਾ ਲਾ ਰਿਵਿਨਸਿਓਨੇ ਦੈਲ ਬਿਕੋਲੋ ਨਾਲੀ ਉਰੇ ਜਿੰਨੇ ਘੰਟੇ ਅਮਾ ਨਹੀਂ ਆ ਸੋਸਤੇ ਦੀ ਕਿ ਜਿੰਨੇ ਜਿੰਨੇ ਘੰਟੇ ਵਿੱਚ ਮਨਾਹੀ ਆ ਪਾ ਨੂੰ ਸੋਸਤੇ ਦੀ ਸੇ ਨਾਲੇ ਦਾ ਫਿਗਰਤੋ ਦਿਖਾਇਆ ਗਿਆ ਸੇ ਨਾਲੇ ਜਿਹੜਾ ਕੰਪੋਰਤਾ ਉੱਥੇ ਰਿਮਜ਼ਿਓਨੇ ਮਤਲਬ ਤੁਹਾਡੀ ਗੱਡੀ ਨੂੰ ਚੁੱਕਿਆ ਜਾ ਸਕਦਾ ਹੈ ਜਿੱਥੇ ਮਨਾਹੀ ਆ ਸੋਸਤੇ ਦੀ ਫਾਲਸੋ ਇੱਥੇ ਨਹੀਂ ਗੱਡੀ ਚੁੱਕੀ ਜਾ ਸਕਦੀ ਠੀਕ ਹੈ ਤੇ ਨੈਕਸਟ ਉਹਨਾਂ ਪਗੰਨਾ ਸੇ ਨਾਲ ਦੀ ਪਰਕੇਜੂ ਆਪਣੇ ਹੁਣ ਦੂਜਾ ਚੈਪਟਰ ਰਹਿ ਗਿਆ ਤੇ ਚਲੋ ਹੁਣ ਆਪਾਂ ਇਹ ਵਾਲਾ ਸਟਾਰਟ ਕਰਦੇ ਆਂ ਨਾਲੇ ਜਿਹੜਾ ਹੁਣ ਮੈਂ ਤੁਹਾਨੂੰ ਪੜਾ ਕੇ ਹਟੀਆਂ ਵਾਲਾ ਇਹ ਚ ਕਨਫਿਊਜ਼ ਨਾ ਹੋਇਓ ਫੋਟੋ ਜਦੋਂ ਤੁਸੀਂ ਦਮਾਂਦੇ ਕਰਨੀ ਫੋਟੋ ਸਾਹਮਣੇ ਰੱਖਿਓ ਫਿਰ ਤੁਸੀਂ ਵੀਰੋਫਾਲਸੋ ਕਰੋ ਠੀਕ ਆਂ ਕਿਉਂਕਿ ਫੋਟੋ ਦੇਖ ਕੇ ਵੀਰੀ ਵੀਰੋਫਾਲਸੋ ਹੋਣਾ ਕਿਉਂਕਿ ਨਾਲ ਟਾਈਮ ਲਿਖਿਆ ਹੋਇਆ ਠੀਕ ਆ ਤੇ ਚਲੋ ਹੁਣ ਆਪਾਂ ਨੈਕਸਟ ਕਰਦੇ ਪਰਕੇਜੋ ਪਰਕੇਜੋ ਪੀ ਬਣਿਆ ਹੋਇਆ ਮਤਲਬ ਪੀ ਦਾ ਮਤਲਬ ਕੀ ਹੁੰਨਾ ਪਰਕੇਜੋ ਠੀਕ ਹੈ ਉਹਨਾਂ ਬੱਪਰਕੇਜੋ ਬਾਰੇ ਪੜਾਂਗੇ ਸਾਰਾ ਪਰਕੇਜੋ ਕੀ ਚੀਜ਼ ਹੁੰਦੀ ਹੈ ਇਹਦਾ ਮਤਲਬ ਹੁਣ ਇਹ ਆ ਕਿ ਇਥੇ ਸਾਰੇ ਜਾਣੇ ਪਰਕੇਜੋ ਲਾ ਸਕਦੇ ਠੀਕ ਆ ਕਈਆਂ ਦੇ نیچے ਫੋਟੋ ਬਣੀ ਹੁੰਦੀ ਆ ਕਿ ਅਨਵਾਰ ਇਹਨ ਵਾਲੀ ਦੇ ਜਿਹੜੇ ਆਪਾਂ ਇਹ ਸਲੋਗੋ ਉਹੀ ਲਾ ਸਕਦੇ ਆ ਜਾਂ ਪੁਲਿਸ ਵਾਲੀਆਂ ਗੱਡੀਆਂ ਲਾ ਸਕਦੀਆਂ ਜੋ ਕੋਈ ਵੀ ਆ ਹੁਣ ਇਕੱਲਾ ਪੀ ਲਿਖਿਆ ਮਤਲਬ ਇਥੇ ਸਾਰੇ ਲਾ ਸਕਦੇ ਠੀਕ ਆ ਤੇ ਆਪਾਂ ਦਮਾਂ ਦੇ ਪੜਦੇ ਹਾਂਗੇ ਫਸਟ ਮਨ ਦੇਖੋ ਇਸ ਸਿਨਾਲੀ ਰਫੀਡੋ ਤੇ ਇੰਡੀਕਾ ਪਰਗੇਜ਼ੋ ਉਤਲਿਜ਼ਾਤੋ ਦਿਖਾਇਆ ਗਿਆ ਸਿਨਾਲੀ ਇੰਡੀਕੇਟ ਕਰਦਾ ਪਰਕੀਜ਼ੋ ਜਿਹੜੀ ਅਥੋਰਟੀ ਵਾਲੀ ਪਰਕੀਜ਼ੋ ਮੇਰੋ ਦੂਸਰਾ ਇਸ ਸਿਨਾਲੀ ਰਫੀਡੋ ਤੇ ਇੰਡੀਕਾ ਅਰੀਆ ਅਦੇਰੀਸਾ ਐਲ ਓਰੀ organized aata per sostare tempo indeterminato salvo di vecce indicazioni tika egessanali indicate kardae ke area jehda organized kita gaya hoya ae so sostare sosta karan le tempo indeterminato hunda tempo means time indeterminato hunda unlimited time matlab limit nahi hai gi ha na ਨੀ ਤਾਂ ਕਹਿੰਦੀ ਸਾਲਵੋ ਦੀ ਵਾਰਸਿੰਦੀ ਖਾਸ ਉਹਨੇ ਨੀ ਤਾਂ ਕੋਈ نیچے ਹੋਰ ਇੰਡੀਕੇਸ਼ਨ ਲਾ ਲਾ ਦਿੱਤਾ ਜਾਊਗਾ ਕਿਉਂਕਿ ਜਿੱਥੇ ਕੱਲਾ ਪੀ ਬਣਿਆ ਹੁੰਦਾ ਨਾ ਉਹਦਾ ਮਤਲਬ ਇਹ ਹੁੰਦਾ ਕਿ ਉੱਥੇ ਗੱਡੀ ਖੜੀ ਕਾਫੀ ਟਾਈਮ ਤੱਕ ਕਰ ਸਕਦੀ ਹੈ ਨਾ ਨੀ ਤਾਂ ਕਹਿੰਦੀ ਜੇ ਇੱਥੇ ਘੰਟਿਆਂ ਦੀ ਕੁਝ ਪਾਬੰਦੀ ਹੋਵੇ ਕਿ ਇੰਨੇ ਤੋਂ ਇੰਨੇ ਟਾਈਮ ਚ ਇਹ ਵਾਪਰ ਕੇ ਝੁਲਾ ਸਕਦੀ ਉਹ ਇੰਡੀਕੇਸ਼ਨ ਲਾ ਦਿੱਤਾ ਜਾਏਗਾ ਠੀਕ ਹੈ ਜਿਹੜਾ ਟੈਂਪੋ ਆ ਇਹਦੀ ਤਰਮੀਨਾਤੂ ਆ ਠੀਕ ਹੈ ਵੀਰੋਂ ਤੀਸਰਾ ਇਸ ਸੈਨਲ ਇਫੀਗਰ ਤੋਂ ਇੰਡੀਕੇਟਰੀ ਏਰੀਆ ਪਰਕੇਜੋ ਪੋਇਐਸਰੇ ਇੰਤੇਗਰਤ ਕੋਨਨ ਪਨੈਲੋ ਕੈ ਇੰਡੀਕਾ ਲਾਂਡਿਸਟਾਂਸ ਦਿਖਾ ਹੈ ਕਿ ਸੈਨਲ ਇੰਡੀਕੇਟ ਕਰਦਾ ਏਰੀਆ ਹੈ ਪਰਕੇਜੋ ਦਾ ਪੋਇਐਸਰੇ ਜਿੱਤੇ ਇਹਦੇ ਨਾਲ ਕੋ ਇੰਤੇਗਰਤ ਕੋਨ ਪਨੈਲੋ ਹੋ ਸਕਦੀ ਹੈ ਇਹਦੇ ਨਾਲ ਇੰਡੀਕਾ ਜਿਹੜੀ ਇੰਡੀਕੇਟ ਕਰੋਗੀ ਦਿਸਤਾਂਸ ਨੂੰ ਇਹਦੇ ਨਾਲ ਕਹਿੰਦੇ ਇੱਕ ਹੋਰ ਨੀਚੇ ਪਨੈਲੋ ਹੋ ਸਕਦੀ ਆ ਜਿਹੜੀ ਇੰਡੀਕੇਟ ਕਰੋਗੇ ਕਿ ਕਿੰਨੀ ਦੂਰੀ ਤੇ ਆਪਣੀ ਪਰਕੇਜੋ ਰਹਿ ਗਈ ਆ 100 ਮੀਟਰ ਜਾਂ 200 ਮੀਟਰ 300 400 ਹਨਾ ਕਿੰਨੀ ਰਹਿ ਗਈ ਆ ਚੌਥਾ ਇਸ ਸੈਨਰੀ ਦੇ ਫਿਰੋ ਤੇ ਇੰਡੀਕੇਟ ਹੈ ਕਿ ਜੋ ਪੁਆਇਸ ਰਹਿੰਦੀ ਹੈ 그 ਤੋਂ ਪੈਨਲ ਉਹ ਇੰਡੀਕਾ ਕੈਟਾਗਰੀ ਦੇ ਸਟੇਸ ਐ ਰਿਜ਼ਰਵਟਾ ਦਿਖਾਇਆ ਗਿਆ ਇਸਨੂੰ ਇੰਡੀਕੇਟ ਕਰਦਾ ਹੈ ਏਰੀਆ ਪਰ ਕਿ ਜੋ ਦਾ ਪੁਆਇਸ ਰਹੇ ਇਹ ਇੱਥੇ ਹੋ ਸਕਦੀ ਹੈ ਇਹ ਨਾਲ ਇੰਟੀਗ੍ਰਾਟੋ ਪੈਨਲੋ ਇੱਕ ਪੈਨਲੋ ਹੋ ਸਕਦੀ ਹੈ ਜਿਹੜੀ ਇੰਡੀਕੇਟ ਕਰਦੀ ਕੈਟਾਗਰੀ ਆ ਕਿਹੜੀ ਕਿਹੜੀ ਕੈਟਾਗਰੀ ਲਈ ਰਿਜ਼ਰਵ ਹੈ ਪਰ ਕਿ ਜੋ ਇਹ ਹੈਗੇ ਅਮ 8 ਸਵਾਲ ਹੈ ਇਹ ਤੀਸਰਾ ਚੌਥਾ ਪੰਜਵਾਂ ਛੇਵਾਂ ਸੱਤਵਾਂ ਅੱਠਵਾਂ ਠੀਕ ਹੈ 8 ਅੱਠਵਾਂ ਵਾਲਾ ਵਿੱਚ ਕਹਿ ਰਹੇ ਕਿ ਇੰਦੇ ਗ੍ਰਾਤੋ ਕੌਣ ਪਨੈਲੋ ਇੰਟੀਗ੍ਰਾਤੋ ਕੌਣ ਪਨੈਲੋ ਉਹਨਾਂ ਦੇ ਕਹਿੰਦਾ ਮਤਲਬ ਹੈ ਜਿਹੜੀ ਕੱਲੀ ਪੀ ਬਣੀ ਹੋਈ ਨਾ ਇਹਦੇ ਨੀਚੇ ਤੁਹਾਨੂੰ ਕੋਈ ਇੱਕ ਹੋਰ ਪਨੈਲੋ ਮਿਲ ਸਕਦੀ ਆ ਦੇਖੋ ਇਦਾਂ ਹੁਣ 300 ਮੀਟਰ ਲਿਖਿਆ ਨਾ ਇਦਾਂ ਕਹਿੰਦੇ ਇਹਨਾਂ ਦੇ ਨਾਲ ਇਹਦੇ ਨਾਲ ਤੁਹਾਨੂੰ ਪੈਨੈਲੂ ਮਿਲ ਸਕਦੀਆਂ ਆ ਜਿਹੜੀ ਦਿਸਤਾਂਸਾ ਨੂੰ ਸ਼ੋਅ ਕਰੇ ਜਾਂ ਕਿਹੜੀ ਕੈਟਾਗਰੀ ਦੀਆਂ ਗੱਡੀਆਂ ਇੱਥੇ ਲੱਗ ਸਕਦੀਆਂ ਕਿਹੜੀਆਂ ਨਹੀਂ ਲੱਗ ਸਕਦੀਆਂ ਕਿੰਨੇ ਟਾਈਮ ਤੱਕ ਪਰਕੇਜ ਹੋਣੀ ਇਦਾਂ ਦੀਆਂ ਕਹਿੰਦੀ ਕੌਣ ਪੈਨੈਲੂ ਤੁਹਾਨੂੰ ਮਿਲ ਸਕਦੀਆਂ ਤੇ ਇਹਦੇ ਵਿੱਚ ਤੁਹਾਨੂੰ ਮੈਂ ਇੱਕ ਟ੍ਰਿਕ ਵੀ ਦੱਸ ਦੰਨੀ ਆ ਦੇਖੋ ਕੌਣ ਪੈਨੈਲੂ ਆ ਗਿਆ ਤੁਸੀਂ ਵੀਰੋ ਕਰਦਣਾ ਠੀਕ ਆ ਤੀਸਰਾ ਦਮੰਦ ਆਪਾਂ ਹੁਣ ਪੜ੍ਹ ਰਹੇ ਹਾਂ ਇੰਟੀਗ੍ਰਾਟੇ ਕੋਨ ਨੂੰ ਪੰਨੈਲੂ ਵੀਰੋ ਚੌਥਾ ਵੀ ਇੰਟੀਗ੍ਰਾਟੇ ਕੋਨ ਨੂੰ ਪੰਨੈਲੂ ਵੀਰੋ ਠੀਕ ਹੈ ਮੈਂ ਤੁਹਾਨੂੰ ਪੜਾਉਣੀ ਬਾਕੀ ਪੂਰਾ ਪੂਰਾ ਪੜਾਉਣੀ ਆ ਛੋਟਾ ਜਿਹਾ ਟ੍ਰਿਕ ਦੱਸ ਰਹੀ ਹਾਂ ਦਿਮਾਗ 'ਚ ਰੱਖਿਓ ਕੋਨ ਪੰਨੈਲੂ ਆ ਗਿਆ ਵੀਰੂ ਕਰ ਦਿਓ ਬਟਨ ਜਿਹੜਾ ਆ ਰਿਹਾ ਆ ਕੋਨ ਪੰਨੈਲੂ ਹਾਂ 14ਵਾਂ ਵੀ ਆ ਰਿਹਾ ਹੈ ਨਾ 14ਵੇਂ ਵਿੱਚ ਵੀ ਆ ਰਿਹਾ ਹੈ ਕਹਿੰਦੇ ਇੰਟੀਗ੍ਰਾਟੇ ਕੋਨ ਪੰਨੈਲੂ ਇੰਦੀ ਹੈ ਸੁਪਰ ਫੀਚਰ ਡਿਸਪੋਨ ਨੀ ਬਿਲੇ ਕਹਿੰਦੀ ਇਹ ਨਾਲ ਇੱਕ ਪਨੈਲ ਹੋਸਾ ਦੀ ਜਿਹੜੀ ਇੰਡੀਕੇਟ ਕਰ ਰਹੀ ਹੈ ਸਰਫੇਸ ਦੇ 밑 niche ਜਿਹੜੀ ਫਾਰਸ਼ ਦਾ ਆਕਾਰ ਵਗੈਰਾ ਹੁੰਦਾ ਹੈ ਨਾ ਕਹਿੰਦੀ ਉਹਨੂੰ ਇੰਡੀਕੇਟ ਕਰਦੀ ਪਈ ਇਹੀ ਇੱਕ ਫਾਲਸੋ ਆ ਠੀਕ ਹੈ ਇੰਟੀਗਰਾ ਤੋਂ ਕੋਨ ਪਨੈਲੋ ਵਾਲਾ ਬਾਕੀ ਸਾਰੇ ਇੰਟੀਗਰਾਤੀ ਕੋਨ ਪਨੈਲੋ ਜਿਹੜਾ ਸਰਫੇਸ ਹੀ ਹੈ ਨਾ ਇਹੀ ਫਾਲਸੋ ਆ ਬਾਕੀ ਇੰਟੀਗਰਾ ਤੋਂ ਕੋਨ ਪਨੈਲੋ ਵਾਲੇ ਸਾਰੇ ਵੇਰੂ ਆ ਠੀਕ ਹੈ ਯਾਦ ਰੱਖਿਓ ਛੋਟਾ ਜਿਹਾ ਟ੍ਰਿਕ ਹੈ ਯਾ ਲੇਖ ਲਿਓ ਬਾਕੀ ਪਹਿਲਾ ਦਮੰਦਾ ਦਾ पता ही है परकेजो जी उत् जातो आ अथॉरिटी मिली हुई परकेजो ने इंडीकेट कर दी है वीरो दूसरा भी उन्होंने लिखा है कि जरा टेंपो आ इंतधर्मी तो आ मतलब टाइम इतने अनलिमिटेड अपन तारे करा ठीक है हूँ तीसरा दमांधा भी आप पढ़ लिया चौथा पढ़ लिया इसलिए तो इंकारजो पे असर इंतिको इंका गुरेजते सारी जरवात लिखा किसान इंडीकेट कर एरिया परकेजो का जितना ਇਹਦੇ ਨਾਲ ਕਹਿੰਦੇ ਪੈਨੈਲ ਹੋ ਸਕਦੀ ਜਿਹੜੀ ਇੰਡੀਕੇਟ ਕਰਦੀ ਕੈਟਾਗਰੀ ਕਿਹੜੀ ਹੈ ਟੈਗ ਦੀ ਗੱਡੀ ਇੱਥੇ ਲੱਗ ਸਕਦੀਆਂ ਵੀਰੂ ਚੌਥਾ ਪੰਜਵਾਂ ਇਸ ਚ ਨਾਲ ਇਹਦਾ ਫੀਲ ਹੋ ਤੋ ਇੰਡੀਕੇਟਰੀ ਰੀਪਰ ਕੇਜ ਜੋ ਪਈ ਹੈ ਸਿਰ ਇੰਤੇ ਕਰ ਤੋ ਕਹਿੰਦੇ ਪੈਨੈਲ ਇੰਦੀ ਕਾ ਕੈਟਾਗਰੀ ਦੀ ਵਿਕਲਸਕਲੂਜੀ ਲਿਖਾਇਆ ਗਿਆ ਸਨ ਨਾਲ ਇੰਡੀਕੇਟ ਕਰਦਾ ਏਰੀਆ ਪਰ ਕਿ ਜਦੋਂ ਇਹਦੇ ਨਾਲ ਕਹਿੰਦੇ ਇੱਕ ਪੈਨੈਲੋ ਹੋ ਸਕਦੀ ਹੈ ਕੈਟਾਗਰੀ ਜਿਹੜੀ ਆ ਇੰਡੀਕੇਟ ਕਰਦੀ ਆ ਕਿਹੜੀਆਂ ਗੱਡੀਆਂ ਨੂੰ ਐਸਕਲੂਜੀ ਕੱਢ ਦਿੱਤਾ ਜਾਊਗਾ ਇਹ ਵੀ ਇਹਦੇ ਨਾਲ ਨੀਚੇ ਦਾ ਪੈਨੈਲੋ ਬਣੀ ਹੋ ਸਕਦੀ ਹੈ ਵੀਰੂ ਚਿਮਾ ਇਸ ਜਨਰੇਟਰ ਫਿਕਚਰ ਤੋਂ ਇੰਡੀਕੇਟ ਕਰੀ ਦੀ ਪਰ ਕਿ ਜੋ ਪੁਆਸਰ ਇੰਟੀਗ੍ਰੇਟਡ ਕੋਨਨ ਪੈਨਲ ਇੰਦੀਗਾ ਲਿਮਿਟੇਸ਼ਨ ਇਨ ਐਲ ਟੈਂਪੋ ਦੀ ਹੈ ਕਿ ਜੇ ਸਾਨੂੰ ਇੰਡੀਕੇਟ ਕਰਦਾ ਹੈ ਏਰੀਆ ਬਣਿਆ ਹੋਇਆ ਪਰ ਕਿ ਜੋ ਪਾਰਕਿੰਗ ਦਾ ਪੁਆਸਰ ਦੇ ਨਾਲ ਇੱਕ ਪੈਨਲ ਹੋ ਸਕਦੀ ਹੈ ਇੰਡੀਕੇਟ ਕਰਦੀ ਹੈ ਲਿਮਿਟ ਲਿਮਿਟੇਸ਼ਨ ਜਿੱਦਾਂ ਪਾਬੰਦੀ ਲੱਗੀ ਹੋਈ ਟਾਈਮ ਦੀ ਮਤਲਬ ਨੀਚੇ ਲਿਖ ਦਿੱਤਾ ਜਾਊਗਾ ਕਿ ਜਿਹੜੀ ਪਾਰਕਿੰਗ ਆ ਸਤ ਤੋਂ ਲੈ ਕੇ ਰਾਤ ਦੇ 7 ਵਜੇ ਤੱਕ ਲੱਗਣੀ ਹੈ ਜੇ ਇਦਾਂ ਦੀ ਕਹਿੰਦੇ ਟਾਈਮ ਦੀ ਲਿਮਿਟੇਸ਼ਨ ਵੀ ਹੋ ਸਕਦੀ ਇਦਾਂ ਦੀ ਪੈਨਲੋ ਮਿਲੂਗੀ ਵੀਰੂ ਸਤਿ ਸ਼੍ਰੀ ਅਕਾਲ ਇਸ ਨਾਲ ਇਹ ਰਿਪੋਰਟ ਇੰਡੀਕੇਟਰੀ ਦੀ ਪਰਕੇਜ ਜੋ ਪੁਆਇਸਰੀ ਇੰਟੀਗ੍ਰੇਟਡ ਕੋਪਨੈਲ ਉਹ ਇੰਡੀਕੇਟ ਹੋ ਰਹੀ ਹੈ ਇਲੀ ਤਾਰੀਫੇ ਦਿਖਾਇਆ ਗਿਆ ਇਸ ਨਾਲ ਇੰਡੀਕੇਟ ਕਰਦਾ ਏਰੀਆ ਪਰ ਕਿਜੋ ਦਾ ਪੁਆਇਸਰੀ ਦੇ ਨਾਲ ਕਹਿੰਦੇ ਇੱਕ ਪਨੈਲ ਹੋ ਸਕਦੀ ਆ ਇੰਦੀ ਦਾ ਜਿਹੜੀ ਇੰਡੀਕੇਟ ਕਰਦੀ ਹੈ ਉਹ ਏਰੀਆ ਟਾਈਮ ਨੂੰ ਤੇ ਤਾਰੀਫੇ ਤਾਰੀਫੇ ਹੁੰਦਾ ਜਿਹਦੇ ਕਿਸਮ ਦਾ ਕੋਈ ਖਰਚ ਵਗੈਰਾ ਲਗਾ ਲੋ ਹੁਣ ਕਈ ਪਰਕੇਜ ਜੋ ਜਿੱਥੇ ਗਰੀਦ ਉਥੇ ਮੀਟਰ ਲੱਗਾ ਹੁੰਦਾ ਉਥੇ ਟਾਈਮ ਵੀ ਲਿਖਿਆ ਹੁੰਦਾ 1 ਘੰਟੇ ਤੁਸੀਂ ਜੇ ਪਾਰਕਿੰਗ ਲਵਣੀ ਤਾਂ ਤੁਹਾਡੇ 1 ਰੁਪਿਆ ਲੱਗੂਗਾ 2 ਘੰਟੇ ਲਵਣੀ ਪੈਹੀ ਲਿਖੀ ਹੋਣੀ ਹੈ ਕਿੰਦੇ ਖਰਚੇ ਵੀ ਲਿਖੇ ਹੋਣਗੇ ਇਹਦੇ ਨਾਲ ਇੱਦਾਂ ਦੀ ਇੱਕ ਪੈਨਲ ਤੁਹਾਨੂੰ ਮਿਲ ਸਕਦੀ ਹੈ ਵੀਰੋ ਅਠਵਾਂ ਇਸ ਨਾਲ ਹੀ ਰਫੀਕ ਉਥੇ ਹਿੰਦੀ ਘਾਰੀ ਦੇ ਪਰਗੇ ਜੋ ਪਿਆਸ ਹੈ ਇੰਟੀਗਰਾ ਟੂ ਪੈਨਲ ਉਿੰਦੀ ਕਾਂਤੇ ਦੀਸਪੋਜੀਜ਼ਿਓਨੀ ਦੇ ਦੇ ਵੀ ਕੋ ਲਈ ਦਿਖਾਇਆ ਗਿਆ ਸਿਰ ਨਾ ਇੰਡੀਕੇਟ ਕਰਦਾ ਏਰੀਆ ਪਰਕੇਜੋ ਦਾ ਪੋਇਆਸਰੇ ਕਹਿੰਦੀ ਇਹ ਨਾਲ ਇੱਕ ਪੈਨਲ ਹੋ ਸਕਦੀ ਹੈ ਜਿਹੜੀ ਇੰਡੀਕੇਟ ਕਰਦੀ ਆ ਦੀਸਪੋਜੀਜ਼ਿਓਨੀ ਪੋਜੀਸ਼ਨ ਗੱਡੀਆਂ ਦੀ ਮਤਲਬ ਕਿ ਕਿੱਦਾਂ ਕਿਹੜੇ ਪੋਜੀਸ਼ਨ 'ਚ ਆਪਾਂ ਗੱਡੀਆਂ ਲਾਉਣੀਆਂ ਹਨ ਨਾ ਕਹਿੰਦੀ ਇੱਦਾਂ ਦੀ ਪੈਨਲੋ ਵੀ ਹੋ ਸਕਦੀ ਹੈ ਵੀ ਰੂਮ ਨੋਵਾ ਇਸ ਨਾਲ ਇਹ ਜੋ ਫਿਰ ਦੋ ਟਿਕਾਰੇ ਇਹਦੀ ਸੋਸਤਾ ਕੋਨ ਪਾਰਕਿੰਗ ਮਿੱਤਰੋ ਦਿਖਾਇਆ ਗਿਆ ਕਿਸ ਨਾਲ ਇੰਡੀਕੇਟ ਕਰਦਾ ਏਰੀਆ ਸੋਸਤਾ ਕਰਨ ਦੀ ਪਾਰਕਿੰਗ ਮਿੱਤਰੋ ਮਤਲਬ ਕਹਿੰਦੇ ਕੀ ਦੀ ਜਿਹੜਾ ਸਿਗਨਲ ਦਿਖਾਇਆ ਗਿਆ ਹੈ ਇੰਡੀਕੇਟ ਕਰਦੇ ਤੇ ਸੋਸਤ ਲਾ ਸਕਦੇ ਪਾਰਕਿੰਗ ਮਿੱਤਰੋ ਵਿਦ ਪਾਰਕਿੰਗ ਮਿੱਤਰੋ ਫਾਲਸੋ ਤੇ ਪਾਰਕਿੰਗ ਮਿੱਤਰੋ ਕੋਈ ਬਣਿਆ ਨਹੀਂ ਕੱਲਾ ਪੀ ਲਿਖਿਆ ਹੋਇਆ ਹੈ ਫਾਲਸੋ ਦਸਵਾਇ ਇਲ ਸਿਨੈਰੀਓ ਫਿਗਰ ਦਿਓ ਤੇ ਇੰਡੀਗਾ ਪਰਕੇਜ ਜੋ ਮੈਸ ਸੁਧਾਲੀ ਹੋਤੀ ਹੈ ਲਈ ਵੇਨਤੀ ਦਿਹਾ ਹੈਗੇ ਸਾਰੇ ਇੰਡੀਕੇਟ ਕਰਦਾ ਪਰਕੇਜ ਉਹ 8 ਤੋਂ 20 ਫਾਲਸ ਉਥੇ ਕੋਈ ਟਾਈਮ ਤਾਂ ਲਿਖਿਆ ਹੀ ਨਹੀਂ ਹੈ ਨਾ ਹਾਂ ਕੌਣ ਪਨੈਲੂ ਹੋ ਸਕਦੀ ਕਹਿੰਦੇ ਇਹਦੇ ਨਾਲ ਕੌਣ ਪਨੈਲੂ ਹੋਵੇ ਉਥੇ ਟਾਈਮ ਲਿਮਿਟ ਹੋ ਸਕਦੀ ਹੈ ਬਟ ਇਹਨਾਂ ਨੇ ਦਸਵੇਂ ਜੇ ਲੱਗਦਾ ਕਿ ਜਿਹੜਾ ਸਿਗਨਲ ਪੀ ਵਾਲਾ ਦਿਖਾਇਆ ਹੈਗਾ ਇਹ ਇੰਡੀਕੇਟ ਕਰਦਾ ਕਿ 8 ਤੋਂ 20 ਭਾ ਪਰਕੇਜ ਹੋਲਾ ਸਕਦੇ 500 ਕਿਉਂਕਿ ਸਿਗਨਲ ਵਿੱਚ ਟਾਈਮ ਤਾਂ ਲਿਖਿਆ ਹੀ ਨਹੀਂ ਹੈ ਯਾਰ ਵਾ ਇਸ ਸੈਨਲ ਇਰਫੀਟੋ ਇੰਡੀਕਾ ਰੀ ਕੋਈ ਪੋਸੀਬਲ ਸੋਸਤਾ ਮੈਕਸਿਮਾ ਪਰ ਉਨੋਰੇ ਹੋਰਾ ਦਿਖਾ ਕੇ ਸੈਨਲ ਇੰਡੀਕੇਟ ਕਰਦਾ ਏਰੀਆ ਜਿੱਥੇ ਪੋਸੀਬਲ ਸੋਸਤਾ ਆਪਾਂ ਜਿਆਦਾ ਤੋਂ ਜਿਆਦਾ 1 ਘੰਟੇ ਲਾ ਸਕਦੇ ਫਾਲਸੋ 1 ਘੰਟੇ ਦੇ ਟਾਈਮ ਨੇ ਲਿਖਿਆ ਇੱਥੇ ਆਪਾਂ ਜਿੰਨਾ ਮਰਜੀ ਘੰਟੇ ਘੜੀ ਕਰ ਸਕਦੇ ਹਾਂ 12 ਵਾ ਇਸ ਸੈਨਲ ਇਰਫੀਟੋ ਤੇ ਇੰਦੀ ਖਾਸਤਾ ਲਈ ਬ੍ਰਾਮਾ ਕੋਨਟਿਵੀਟੋ ਦੀ ਫਰਮਾਤਾ ਦਿਖਾ ਕੇ ਕਹੇਗਾ ਕਿ ਸੈਨਲ ਇੰਡੀਕੇਟ ਕਰਦਾ ਸੋਸਤਾ ਦਾ ਲਾ ਸਕਦੇ ਆਪਾਂ ਪੱਟ ਕਹਿੰਦੇ ਦੀ ਵੀਰਤੂ ਲੱਗੀ ਹੈ ਫਰਮਾਤੇ ਦੀ ਫਾਲਸੋ

ਕੋਨ ਲਾ ਪ੍ਰੈਸਕ੍ਰਿਪਸ਼ਨ ਲਿਖਿਆ ਪੈਨ ਲਿਖਿਆ ਨਾ ਲਛਾਰੀ ਕਿ ਆਵਣੀ ਕੋਆਦਰੋ ਕਿਹਾ ਕਿਸਨਰ ਇੰਡੀਕੇਟ ਕਰਦੇ ਕੀ ਰਿਆ ਪਰ ਕਿ ਜਦੋਂ ਪੁਆਇਐਸਰੇ ਇੰਟੀਗਰਾਤੋ ਕਹਿੰਦੇ ਇੱਥੇ ਤੁਸੀਂ ਤੁਹਾਡੇ ਦੇ ਪ੍ਰੈਸਕ੍ਰਿਪਸ਼ਨ ਨੇ ਪਾਬੰਦੀ ਲੱਗੀ ਹੋਈ ਐ ਇੱਥੇ ਤੁਹਾਨੂੰ ਲਛਾਰੀ ਤੁਸੀਂ ਛੱਡਣੀ ਆ ਕਿ ਆ ਵੀ ਆਪਣੀ ਚਾਬੀ ਕੋਆਦਰੋ ਕਹਿੰਦੇ ਤੁਸੀਂ ਆਪਣੀ ਜਿਹੜੀ ਚਾਬੀ ਆ ਨਾ ਗੱਡੀ ਵਿੱਚ ਛੱਡਣੀ ਤੇ ਪਾਬੰਦੀ ਲੱਗੀ ਹੋਈ ਆ ਮਤਲਬ ਤੁਸੀਂ ਗੱਡੀ ਖੜੀ ਕਰਕੇ ਗੱਡੀ ਜੋ ਚਾਬੀ ਕੋਈ ਲੋਕ ਨਹੀਂ ਲੌਣਾ ਇਦੀ ਬਾਹਰ ਨਿਕਲ ਜਾਓਗੇ ਸੋ ਗੱਡੀ ਕੋਈ ਚੋਕੇ ਲੈ ਜਾਊਗਾ ਹੈਨਾ ਲਾਸਟ ਰਹਿ ਗਿਆ ਆਪਣਾ 182 ਫਿਰ ਆਪਣਾ ਹੁਣ ਅਜਤੀਸਾ ਚੈਪਟਰ ਹੋ ਜਾਣਾ ਫਿਨਿਸ਼ ਤੇ ਚਲੋ ਇਹ ਵੀ ਪਰਕੇ ਜੋ ਇਹ ਪੀ ਬਣਿਆ ਹੋਇਆ نیچے ਤੀਰ ਬਣਿਆ ਫਿਰ ਇੱਚ ਲੱਗਾ ਹੋਇਆ ਤੀਰ ਬਣਿਆ ਹੋਇਆ 300 ਮੀਟਰ ਮਤਲਬ ਇਹ ਹੈ ਕਿ ਤੁਹਾਨੂੰ ਕਹਿ ਰਿਹਾ ਕਿ 300 ਮੀਟਰ ਜਾ ਕੇ ਅੱਗੇ ਇੱਕ ਪਾਰਕਿੰਗ ਹੈ ਮਤਲਬ ਤੁਹਾਨੂੰ ਪਹਿਲੀ ਪਤਾ ਲੱਗ ਜਾਣਾ ਕਿ ਤੁਸੀਂ ਸਮਝੋ ਗੱਡੀ ਚਲਾ ਰਹੇ ਹੋ ਨਾ ਤੁਸੀਂ ਲੱਭ ਰਹੇ ਆ ਪਰ ਕਿੱਜੂ ਕਿੱਥੇ ਲਊਗੀ ਕਿੰਨੀ ਦੂਰ ਆਪਾਂ ਪਰਕੇਜੂ ਆਣੀ ਨਾ ਇਹ ਤੁਹਾਨੂੰ ਪਹਿਲੇ ਅਲਰਟ ਕਰ ਰਿਹਾ ਕਿ 300 ਮੀਟਰ ਅੱਗੇ ਜਾ ਕੇ ਤੁਹਾਨੂੰ ਪਰਕੇਜੂ ਮਿਲ ਜਾਣੀ ਹੈ ਠੀਕ ਹੈ il segnale da più d'altro per non già nella versione delle perché giovedì che di direzione nella freccia di o perché giova ieri un'altra il segnale da più d'altro per zona perché giocato non senso delle le sue una dire di reazione al tiri a riaffreccia perché giova vero di sante se non era figato della freccia ਦਿਖਾਗੇ ਸਨਾਲੀ ਸੋਨਾ ਦੇ ਰਿਹਾ ਪਰਕੇਜੋ 300 ਮੀਟਰ ਤੇ ਜਿਹੜਾ ਪਰਿਚਾ ਜਿੱਦੋਂ ਨੂੰ ਸੈਂਸਰ ਮਤਲਬ ਜਿਹੜੀ ਡਾਇਰੈਕਸ਼ਨ ਵਾਲਾ ਪਰਿਚਾ ਹੈ ਮਤਲਬ 300 ਮੀਟਰ ਅੱਗੇ ਜਾ ਕੇ ਪਰਕੇਜੋ ਆ ਫਿਰ ਉਹ ਚੌਥਾ ਇਲਸ ਨਾਲ ਰਪਿਕ ਦਿੱਤਾ ਤਾਂ ਪੈਨ ਨੂੰ ਜਬ ਉਸ ਤੋਂ ਪ੍ਰੰਤੋਸਕੋਪਸ ਸੈਂਸਰ ਦੇ ਫ੍ਰਿਚਾ ਦੀ ਹੈਗੇ ਸਨਾਲੀ ਸੋਨਾ ਦੇ ਰਿਹਾ ਕਿ ਪੋਸਟੋ ਜਿੱਥੇ ਲਗਾਉਗਾ ਪੀ ਹੁਣ ਉਹਨਾਂ ਲਈ ਤਾਂ ਪ੍ਰੰਤੋਸਕੋਪਸ ਉਹ ਜਿੱਦ ਤਰ ਕਹਿੰਦੇ ਫ੍ਰਿਚੇ ਦਾ ਜੇ ਸੈਂਸੋ ਵਾਲਾ ਜਿੱਧਰ ਜਿਹੜੀ ਸਾਈਡ ਵਾਲ ਫ੍ਰਿਚਾ ਕੀਤਾ ਹੋਇਆ ਉਧਰ ਕਹਿੰਦੇ ਪ੍ਰੋਂਤੋ ਸਕੋਰਸ ਹਾਲ ਸੋ ਕਿਉਂਕਿ ਪੀ ਦਾ ਮਤਲਬ ਪਰਕੇਜ ਹੋਣਾ ਪਾਰਕਿੰਗ ਨਾ ਕਿ ਪ੍ਰੋਂਤੋ ਸੋਰਸ ਪੰਜਵੇਂ ਜਿਹੜਾ ਕਹਿੰਦਾ ਕਿਸੇ ਨਾਲ ਹੀ ਰਫੇਗਾ ਤੋਂ ਪੈਨੋਂ ਚਾ ਪਰਕੇਜ ਹੋਵੇ ਤਾਂ ਸੈਂਸੋਦਲੇ ਫ੍ਰਿਚਾ ਦਿਖਾਇਆ ਗਿਆ ਕਿਸੇ ਨਾਲ ਹੀ ਸੋਨਾਂ ਦੇ ਪਰਕੇਜ ਉਹਦੀ ਕਹਿੰਦੇ ਮਨਾਹੀ ਲੱਗੀ ਹੋਈ ਹੈ ਜਿੱਧਰ ਲਈ ਸਾਈਡ ਵਾਲ ਫ੍ਰਿਚਾ ਪਰਕੇਜ ਦੀ ਮਨਾਹੀ ਲੱਗੀ ਹਾਲ ਸੋ ਕਿਉਂਕਿ ਪਰਕੇਜ ਜਿਹੜਾ ਫ੍ਰਿਚਾ ਸਾਨੂੰ ਦੱਸ ਰਿਹਾ ਕਿ ਅੱਗੇ ਨੂੰ ਜਾ ਕੇ ਜਿੱਦਾਂ ਨੂੰ ਫਰੀਚਾ ਮੁੜ ਰਿਹਾ ਨਾ 300 ਮੀਟਰ ਅੱਗੇ ਜਾ ਕੇ ਪਾਰਕਿੰਗ ਹੈ ਪਰਕੇਜੋਨ ਆ ਗਈ ਮਨਾਹੀ ਆ ਸ਼ੇਵਾ ਇਸ ਨਾਲੇ ਤਾਂ ਪਿੱਛੋਂ ਤਾਂ ਪੈਨ ਨੂੰ ਜਸੋਸਤਾ ਇਹ ਪਰਕੇਜੋ ਸੋਨਵੇਤਾਤੀ ਸੰਸੂਦਲਾ ਫਰੀਚਾ ਠੀਕ ਆ ਗਿਆ ਇਸ ਨਾਲੇ ਕਿੰਨਾ ਸੂਣਾ ਦੇ ਰਹੀ ਕਿ ਸੋਸਤਾ ਸੋਸਤਾ ਤੇ ਪਰਕੇਜੋ ਆ ਵੇਤਾਤੋ ਮਨਾਹੀ ਲੱਗੀ ਹੋਈ ਆ ਉਥੇ ਮਤਲਬ ਪਰਕੇਜੋ ਤੇ ਸੋਸਤੇ ਮਨਾਹੀ ਲੱਗੀ ਹੋਈ ਆ ਜਿੱਦਾਂ ਲਈ ਸੈਨ ਨੂੰ ਫਰੀਚਾਗਾ ਨਾ ਉਧਰ ਲਈ ਸੈਨ ਨੂੰ ਕਹਿੰਦੇ ਪਰ ਮਨਾਹੀ ਲੱਗੀ ਆ ਫਾਲਸੋ ਤੁਹਾ ਇਸ ਨਾਲੇ ਦਾ ਵੀਰੋ ਤੋਂ ਪੈਨ ਨੂੰ ਜਪਰੋ ਚੇਦਰੇਲ 3 ਪਰ ਕੀ ਪਰਕੇਜ ਜੇ ਰਿਜ਼ਰਵਾਤ ਦਿਖਾਗੇ ਨਾਲੇ ਸੋਨਾ ਦੇ ਰਿਹਾ ਕਿ ਪਰਚੇਦਰੇਲ 3 ਕਿੰਨੇ ਕੀ ਹੋਰ ਅੱਗੇ ਜਾ ਕੇ ਮਤਲਬ ਇੱਥੇ ਤਾਂ ਆਪਾਂ ਨੂੰ ਕਹਤਾ 300 ਮੀਟਰ ਅੱਗੇ ਜਾ ਕੇ ਮਤਲਬ ਪਰਕੇਜੋ ਕਹਿੰਦੇ ਹੋਰ ਅਲਤਰੀ ਅਲਤਰੀ ਹੋਰ ਅੱਗੇ ਜਾ ਕੇ ਜਿਹੜਾ ਪਰਕੇਜ ਹੋ ਰਿਹਾ ਹੈ ਮਤਲਬ ਅੱਗੇ ਜਾ ਕੇ ਹੋਰ ਅੱਗੇ ਜਾ ਕੇ ਵੀ ਪਰਕੇਜ ਹੋ ਆਪਸ ਹੋਰ ਅੱਗੇ ਜਾ ਕੇ ਨਾ 300 ਮੀਟਰ ਉਹਨਾਂ ਨੇ ਲਿਖਿਆ ਹੋਇਆ ਨਾ ਕਿ ਅਲਤਰੀ 300 ਮੀਟਰ ਤੋਂ ਵੀ ਅਲਤਰੀ ਉਹਨਾਂ ਨੇ ਕਹਿਤਾ ਹਾਲਸੋ ਠੀਕ ਹੈ ਤੇ ਚਲੋ ਹੁਣ ਆਪਣਾ ਇਹ ਹੋ ਗਿਆ ਆ ਚੈਪਟਰ ਤੀਸਰਾ ਚੈਪਟਰ ਆਪਣਾ ਹੋ ਗਿਆ ਕੰਪਲੀਟ ਨੈਕਸਟ ਆਪਣਾ ਹੋ ਜਾਣਾ ਫੋਰਥ ਸ਼ੁਰੂ ਚੌਥਾ ਚੈਪਟਰ ਤੇ ਪਲੀਜ਼ ਹੁਣ ਪੂਰੇ ਤੀਸਰੇ ਚੈਪਟਰ ਦੇ ਆਪਣੇ ਇਜ਼ਾਮੀ ਕਰਕੇ ਕਮੈਂਟ ਜ਼ਰੂਰ ਕਰ ਦਿਓ ਕਿੰਨੇ ਤੁਹਾਡੇ 에ਰਰ ਆਏ ਆ ਠੀਕ ਆ ਕਿੰਨੇ ਮਤਲਬ ਤੁਸੀਂ 에ਰਰ ਨਾਲ ਪਾਸ ਹੋਏ ਆ ਜਿੰਨੇ ਮਰਜ਼ੀ 에ਰਰ ਆਏ ਹੋਣ ਕੋਈ ਇਤਨੀ ਸ਼ਰਮ ਵਾਲੀ ਗੱਲ ਨਹੀਂ ਹੈਗੀ ਸਾਡੇ 5 ਆਗੇ ਜਾਂ 6 ਆਗੇ 7 ਆਗੇ ਪਹਿਲੀ ਵਾਰੀ ਨਹੀਂ ਪਹਿਲਾਂ ਇਕੱਲੇ-ਇਕੱਲੇ ਲੈਸਨ ਨੂੰ ਪੜੋ ਬੀਰੋਫਾਲ ਸੁ ਕਰੋ ਉਤੋਂ ਬਾਅਦ ਪੂਰੇ ਤੀਸਰੇ ਚੈਪਟਰ ਦਾ ਇਜਾਮੀ ਦਿਓ ਠੀਕ ਆ 2 3 4 5 6 7 ਵਾਰੀ ਤੀਸਰੇ ਚੈਪਟਰ ਦਾ ਇਜਾਮੀ ਦਿਓ ਠੀਕ ਆ ਉਸ ਤੋਂ ਬਾਅਦ ਮੈਸੇਜ ਕਰੋ ਕਿ ਸਾਡੀ ਇਨਰਰ ਆਈ ਹੈ ਠੀਕ ਆ ਬਾਕੀ ਅਗਰ ਕੋਈ ਤੀਸਰੇ ਚੈਪਟਰ ਦਾ ਕੋਈ ਲੈਸਨ ਕੁイズ ਤੁਹਾਨੂੰ ਔਖਾ ਲੱਗੂਗਾ ਤੇ ਕਮੈਂਟ ਕਰ ਦਿਓ ਤੇ ਚਲੋ ਠੀਕ ਆ ਹੁਣ ਸਸਤੀਕਾਲ ਸਾਰਿਆਂ ਨੂੰ ਤੇ ਤੀਸਰਾ ਚੈਪਟਰ ਆਪਣਾ ਹੁਣ ਪੂਰਾ ਪੜੋ ਤੇ ਆਪਣਾ ਇਹਦਾ ਇਜਾਮੀ ਦਿਓ ਠੀਕ ਆ